ਮੇਰੇ ਉਹਨਾਂ ਨੂੰ ਗੋਲੀ ਵੱਜ ਗਈ। ਹਾਏ ਮੈਨੂੰ ਨਹੀਂ ਪਤਾ, ਮੈਂ ਤਾਂ ਰਾਹ 'ਚ ਪਤਾ ਲੱਗਾ, ਮੈਂ ਉੱਥੋਂ ਭੱਜੀ ਹਾਂ। ਮੇਰੇ ਭਰਾ ਮੇਰਾ ਵੀਰ ਨਹੀਂ, ਮੇਰਾ ਵੀਰ ਅੱਗੇ ਨਹੀਂ ਆਇਆ, ਮੇਰਾ ਵੀਰ ਨਹੀਂ ਅੱਗੇ ਆਇਆ। ਕੁੜੀਆਂ ਦੇ ਕਾਲਜ ਬਾਹਰ ਮੁੰਡੇ ਦੇ ਮਾਰੀਆਂ ਗੋਲੀਆਂ, ਸ਼ਰੇਆਮ ਗੋਲੀਆਂ ਚਲਾ ਕੇ ਹਮਲਾਵਰ ਹੋਏ ਫਰਾਰ। ਤਾਂ ਦੱਸਦੇ ਕਿ ਦਿਨ ਦੇ ਹਾੜੇ ਕੁੜੀਆਂ ਦੇ ਕਾਲਜ ਦੇ ਬਾਹਰ ਗੋਲੀਆਂ ਚੱਲੀਆਂ ਨੇ, ਜਿਸ ਦੇ ਵਿੱਚ ਸਵਿਫਟ ਕਾਰ ਦੇ ਵਿੱਚ ਆਏ ਹਮਲਾਵਰਾਂ ਨੇ ਬਾਈਕ ਸਵਾਰ ਮੁੰਡੇ ਦੇ ਗੋਲੀਆਂ ਮਾਰੀਆਂ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਇਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਦੱਸਦੀ ਹੈ ਕਿ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ, ਜਿੱਥੇ ਸ਼ਰੇਆਮ ਨੌਜਵਾਨ ਨੂੰ ਸਵਿਫਟ ਕਾਰ ਹਮਲਾਵਰ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਇਸ ਨੌਜਵਾਨ ਦੇ ਗੋਲੀ ਲੱਗੀ ਹੈ। ਮਿਲੀ ਜਾਣਕਾਰੀ ਅਨੁਸਾਰ ਗੋਲੀ ਇਸ ਨੌਜਵਾਨ ਦੇ ਸਿਰ ਨੂੰ ਛੂ ਕੇ ਚਲੀ ਜਾਂਦੀ ਹੈ, ਜਿਸ ਕਾਰਨ ਇਸ ਦੀ ਜਾਨ ਵਾਲ ਵਾਲ ਬਚਦੀ ਹੈ। ਤਾਂ ਗੰਭੀਰ ਹਾਲਤ ਦੇ ਵਿੱਚ ਇਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਕਿ ਇਸਦਾ ਇਲਾਜ ਕੀਤਾ ਜਾ ਰਿਹਾ। ਤਾਂ ਦੱਸ ਦਈਏ ਕਿ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ। ਤਾਂ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਦੱਸ ਦਈਏ ਕਿ ਇਹ ਦੋ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਜਾ ਰਹੇ ਸੀ। ਤਾਂ ਜਿਵੇਂ ਹੀ ਇਹ ਕੁੜੀਆਂ ਦੇ ਕਾਲਜ ਦੇ ਬਾਹਰ ਤੋਂ ਲੰਘਦੇ ਨੇ ਤਾਂ ਮੌਕੇ 'ਤੇ ਸਵਿਫਟ ਸਵਾਰ ਕੁਝ ਹਮਲਾਵਰ ਆਉਂਦੇ ਨੇ ਅਤੇ ਇਹਨਾਂ 'ਤੇ ਗੋਲੀਆਂ ਚਲਾ ਦਿੰਦੇ ਨੇ, ਜਿਸ ਕਾਰਨ ਇੱਕ ਨੌਜਵਾਨ ਦੇ ਗੋਲੀ ਲੱਗਦੀ ਹੈ ਤਾਂ ਉਹ ਮੌਕੇ 'ਤੇ ਹੀ ਜ਼ਖਮੀ ਹੋ ਜਾਂਦਾ ਹੈ, ਜਿਸ ਨੂੰ ਕਿ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਤਾਂ ਹੁਣ ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕੀਤਾ ਗਿਆ। ਤਾਂ ਪੁਲਿਸ ਹੁਣ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਕੀ ਘਟਨਾ ਵਾਪਰੀ? ਕੀ ਬੱਸ ਸਾਡੇ ਸਰ ਕੈਂਟ ਤੋਂ ਵਾਪਸ ਆ ਰਹੇ ਸੀ, ਡੀਏਵੀ ਕਾਲਜ ਗਰਮ ਸਕੂਲ ਆਉਂਦੇ ਹੋਏ ਚਾਰ ਲੜਕੇ ਸਿਫਟ ਹੋਏ ਆਏ ਨੇ, ਸਿਫਟ ਕਾਰ ਦੇ ਫੈਰ ਮਾਰ ਕੇ ਫਰਾਰ ਹੋ। ਕਿੰਨੇ ਫੈਰ ਲੱਗੇ ਆ? ਫੈਰ ਮੇਰੇ ਸਾਨੂੰ 3-4 ਵਾਲੇ। ਤੁਸੀਂ ਕਾਹਦੇ 'ਤੇ ਸੀਗੇ? ਅਸੀਂ ਮੋਟਰਸਾਈਕਲ। ਉਹ ਕਾਹਦੇ 'ਤੇ ਸੀਗੇ? ਉਹ ਸਿਫਟ ਕਾਰ 'ਤੇ ਸੀ। ਅਤੇ ਕਿੰਨੇ ਜਣੇ ਜ਼ਖਮੀ ਹੋਏ? ਜ਼ਖਮੀ ਇੱਕ ਜਣੇ। ਕਿੱਥੇ ਗੋਲੀ ਲੱਗੀ ਹੈ? ਗੋਲੀ ਮੇਰੇ ਦਾ ਇਹ ਚੀਜ਼ ਦੇ ਬਾਅਦ ਕਿ ਬਾਕੀ ਦੇਖਣਾ ਪੈ। ਪਤਾ ਲੱਗਿਆ ਭਾਅ ਜੀ ਕੌਣ ਕੌਣ ਸੀਗੇ? ਨਹੀਂ ਵੀਰੇ, ਅਣਪਛਾਤੀ। ਜਿਹਨੇ ਗੋਲੀ ਵੱਜੀ ਉਹਦਾ ਨਾਂ ਕੀ ਹੈ ਜੀ? ਲਵਿਸ਼। ਕੋਈ ਉਹਦੀ ਕੋਈ ਪਹਿਲੇ ਵੀ ਦੁਸ਼ਮਣੀ? ਨਾ ਨਾ ਕੋਈ ਨਹੀਂ। ਕੋਈ ਕਾਰ ਪਛਾਣੀ? ਕੋਈ ਨੰਬਰ ਨੰਬਰ ਜਾਂ ਕੁਛ? ਕਾਰ ਸਿਫਟ ਕਾਰ ਹੈ, ਨੰਬਰ PV05 ਇੱਥੋਂ ਦਾ ਨੰਬਰ ਹੈ ਲੋਕਲ ਦਾ। ਤੁਸੀਂ ਕਿੱਥੇ ਜਾ ਰਹੇ ਸੀ? ਅਸੀਂ ਬੱਸ ਅੱਡੇ ਤੋਂ ਵਾਪਸ ਆ ਰਹੇ ਸੀ ਕਾਰ। ਉਹ ਕਾਰ ਅੱਗੇ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਕਾਰ ਵੀ ਸਾਡੇ ਨਾਲ ਨਾਲ ਆਈ, ਪਿੱਛੇ ਬੈਕ ਨਾਲ ਤੇ ਬਰਾਬਰ ਪਿੱਛਾ ਕੀਤਾ ਮਾਨ। ਤੁਹਾਡਾ ਕੀ ਨਾਮ ਹੈ ਸਰ? ਸਰ ਕੌਣ ਮੁੰਡੇ ਸੀਗੇ? ਕਿੰਨੇ ਬੰਦੇ ਸੀ? ਕਹਿੰਦੇ ਵੱਜੀ ਸਰ ਗੋਲੀ? ਸਿਫਟ ਕਾਰ ਦੇ ਚਾਰ ਹੁੰਦੇ ਸੀਗੇ, ਇਹ ਲਵਿਸ਼ ਨਾਂ ਦਾ ਮੁੰਡਾ, ਇਹ ਮੋਟਰਸਾਈਕਲ 'ਤੇ ਆ ਰਿਹਾ ਸੀ, ਉਹਦੇ ਵਿੱਚ ਗੱਡੀ ਵੱਜੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹਦੇ ਉੱਤੇ ਫਾਇਰ ਕੀਤਾ। ਕਿੰਨੇ ਫਾਇਰ ਕੀਤੇ ਸੀਗੇ ਜਿਹੜੇ ਗੱਡੀ 'ਚ ਆਏ ਸੀ? ਸਰ ਚਾਰ ਸੀਗੇ। ਅਤੇ ਕਿੰਨੇ ਜਣੇ ਦੀ ਗੋਲੀ ਵੱਜੀ ਹੈ? ਇੱਕ ਲੜਕਾ ਸੀਗਾ ਮੋਟਰਸਾਈਕਲ ਚਲਾ ਰਿਹਾ ਸੀ।